ਭਾਜੀ ਇੱਥੇ ਮੈਂ ਤਿੰਨ ਬੰਦੇ ਲੰਮੇ ਪਾਏ, ਇਹਨਾਂ ਨੂੰ ਵਾਰੀ ਵਾਰੀ ਸਿਰ ਸਾਈਡ 'ਤੇ ਸੱਟਿਆ। ਮੈਂ ਕਿਹਾ ਲਓ ਜੀ ਵਿਕਟਰ ਦਾ ਵੇਖੋ ਸ਼ੋ। ਮੈਂ ਆਪਣੇ ਟੀਮਮੇਟ ਨੂੰ ਆਖਿਆ, ਮੈਂ ਕਿਹਾ ਲੈ ਵੀ ਕਰ ਇਹਨਾਂ ਦਾ ਗੇਮ ਮੋਡ। ਇਹਨਾਂ ਨੇ ਪਾਇਆ ਸੀ ਅਨ ਈਵੈਂਟ 'ਤੇ, ਜਿੰਨੇ ਕਿਲ ਮੈਸੇਜ ਇਹਨਾਂ ਦੇ ਆਏ ਸੀਗੇ ਉਹ ਵਾ ਇੰਜੋਏ ਇੰਜੋਏ ਕੀਤਾ ਇਹਨਾਂ ਦੇ ਸਾਹਮਣੇ। ਫਿਰ ਮੈਂ ਨਾਲ ਦੇ ਨੂੰ ਕਿਹਾ, ਮੈਂ ਕਿਹਾ ਹੁਣ ਇਹ ਮਰਨ ਡੇ ਹੀ, ਅਤੇ ਇਹਨਾਂ ਨੂੰ ਲੱਗੀ ਅੱਗ, ਹੁਣ ਨਿਕਲ ਫਟਾਫਟ ਇੱਥੋਂ, ਖੋਤਾ ਫੜ ਅਤੇ ਇੱਥੋਂ ਨਿਕਲੀਏ। ਮੇਰੇ ਟੀਮਮੇਟ ਨੂੰ ਲੁੱਟਣ ਦੀ ਪਈ ਸੀ, ਤੁਹਾਨੂੰ ਪਤਾ ਹੈ ਕਿ ਸਕੋਡ ਵਿੱਚ ਇੱਕ ਜੂਠ ਹੁੰਦੀ ਵਾ ਅਤੇ ਉਹ ਮੇਰੇ ਨਾਲ ਹੀ ਸੀਗੀ। ਮੈਂ ਫਟਾਫਟ ਇੱਥੋਂ ਨਿਕਲਿਆ, ਮੈਂ ਨਹੀਂ ਵੇਖੀ ਕੋਈ ਲੂਟ ਛੂਟ, ਮੈਨੂੰ ਪਤਾ ਸੀ ਇਹਨਾਂ ਨੇ ਵਾਪਸ ਆ ਜਾਣਾ। ਮੈਂ ਫਿਰ ਦੌੜ ਲਾ ਤੀ, ਮੈਂ ਸਿੱਧਾ ਜਾ ਕੇ ਵੱਡੇ ਖੋਤੇ 'ਤੇ ਬੈਠਾ। ਮੈਂ ਇਹਨੂੰ ਵਾਰ ਵਾਰ ਆਖਦਾ, ਮੈਂ ਫਟਾਫਟ ਨਾ ਖੋਤੇ ਉੱਤੇ ਬੈਠ ਜਾ ਭਾਈ, ਇਹਦੀ ਲੂਟ ਹੀ ਨਹੀਂ ਖਤਮ ਹੋਣ ਰਹੀ ਹੈਗੀ। ਵਾਰ ਵਾਰ ਇਹਨੂੰ ਆਖਣ ਦੇ ਬਾਵਜੂਦ ਵੀ ਮੈਨੂੰ ਇੱਥੇ ਟੰਗਿਆ ਹੋਇਆ ਵਾਲਾ। ਤੁਹਾਨੂੰ ਪਤਾ ਹੀ ਹੈ ਕਿ ਸਕੋਡ ਵਿੱਚ ਇੱਕ ਜੂਠ ਹੁੰਦੀ ਵਾ, ਅਤੇ ਜੂਠ ਮੇਰੇ ਨਾਲ ਹੀ ਸੀਗੀ। ਇਹਨੇ ਮੇਰੇ ਮਰਵਾਉਣ 'ਚ ਪੂਰਾ ਹੱਥ ਸੀਦਾ ਮੇਰੇ, ਅਤੇ ਜਿਹੜਾ ਆਪਣੀ ਮਨਮਰਜ਼ੀਆਂ ਕਰਦਾ ਕਿਸੇ ਦੀ ਕੋਈ ਨਹੀਂ ਸੁਣਦਾ। ਲੂਟ ਦੀ ਪਈ ਉਹਨੂੰ ਮਸਾਂ ਮਸਾਂ ਤਰਲੇ ਕਰਕੇ ਉਹਨੂੰ ਖੋਤੇ 'ਤੇ ਬਿਠਾਇਆ ਹੀ ਉਹ, ਚਲੋ ਜੀ ਨਿਕਲੀਏ ਇੱਥੋਂ ਅਸੀਂ। ਨਿਕਲਦਾ ਸਾਰੇ ਅਗਲਿਆਂ ਨੇ ਘੇਰਾ ਪਾ ਤਾ, ਭਾਅ ਜੀ ਸਿੱਧੇ ਲੈਂਦੇ ਪੈਂਦੇ ਮੈਨੂੰ ਥੱਲੇ ਸੱਟ ਛੱਡੇ ਇਹਨਾਂ ਨੇ। ਹੁਣ ਮੈਨੂੰ ਘੇਰਾ ਪਾ ਕੇ ਅਤੇ ਮੇਰੇ ਕਰੂ ਸੀ ਮੋਟ। ਮੈਂ ਵੀ ਬੜਾ ਹੁਸ਼ਿਆਰ ਚਲਾਕ ਸੀ, ਮੈਂ ਤੁਰੀ ਗਿਆ ਅੱਗੇ। ਮੈਂ ਕਿਹਾ ਮੈਂ ਮੋਟ ਨਹੀਂ ਵੇਖਣਾ ਹੈਗਾ, ਮੈਂ ਨਿਕਲਣਾ ਇੱਥੋਂ ਐਵੇਂ। ਮੈਂ ਬੜਾ ਹੁਸ਼ਿਆਰ ਸੀਗਾ, ਮੈਂ ਨਿਕਲ ਗਿਆ ਫਟਾਫਟ। ਮੈਂ ਤੁਹਾਡੇ ਕਾਬੂ ਹੀ ਨਹੀਂ ਆਉਣਾ ਹੈਗਾ। ਵਿਕਟਰ ਕਿਤੇ ਕਾਬੂ ਆਉਂਦਾ ਹੁੰਦਾ ਵਾ, ਸਾਰਾ ਕਸੂਰ ਹੀ ਮੇਰੇ ਟੀਮਮੇਟ ਦਾ ਸੀਗਾ।